ਹੈਲੋ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਭਜੋਤ ਅਤੇ ਤੁਸੀਂ ਦੇਖ ਰਹੇ ਹੋ ਜੀ ਆਪਣਾ ਯੂਟਿਊਬ ਚੈਨਲ ਪ੍ਰਭਜੋਤ 26 ਮਹਿਰਾ ਵਲੋਗਸ। ਜੇ ਚੈਨਲ 'ਤੇ ਨਵੇਂ ਹੋ ਜੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ। ਅਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੋਗ। ਅਤੇ ਇੱਥੇ ਕਾਟੋ ਖਾ ਰਹੀ ਸੀਗੀ ਖਾਣਾ, ਮੈਂ ਪੰਛੀਆਂ ਨੂੰ ਰੱਖ ਕੇ ਜਾਂਦੀ ਹੁੰਦੀ ਹਾਂ ਪਾਣੀ, ਔਰ ਖਾਣਾ ਉਹ ਖਾ ਰਹੀ ਸੀਗੀ ਇੱਥੇ। ਅਤੇ ਇੱਥੇ ਆ ਗਏ ਸੀ ਜੀ ਭੂਆ ਦਾ ਬੇਟਾ, ਇਹਨਾਂ ਦੇ ਹਰਮਨ ਹੋਣਾ ਦੇ ਦਾਦੀ ਭੂਆ ਜੀ ਦਾ ਬੇਟਾ, ਮੇਰਾ ਜੀਜਾ ਵੀ ਹੈ ਔਰ ਮੇਰਾ ਦਿਓਰ ਵੀ ਹੈ। ਅਤੇ ਇਹ ਜਾ ਰਹੇ ਸੀਗੇ ਉੱਥੋਂ ਲੰਘੇ, ਅਤੇ ਫਿਰ ਇਹਨਾਂ ਨੂੰ ਕਿਹਾ ਸੀ ਕਿ ਬੱਚੇ ਲਈ ਜਾਮਣਾ ਲੈ ਜਿਓ, ਅਤੇ ਜਾਮਣਾ ਲੈਣ ਆਏ ਮਤਲਬ ਆਏ ਹੋਏ ਸੀਗੇ ਅਤੇ ਚਾਹ ਪਾਣੀ ਪਿਲਾ ਕੇ ਇਹਨਾਂ ਨੂੰ। ਅਤੇ ਹੁਣ ਹਰਮਨ ਅਤੇ ਦੋਨੋਂ ਖੇਡ ਰਹੇ ਸੀਗੇ ਅਤੇ ਕੋਲ ਸਰਦਾਰ ਜੀ ਗੱਲਾਂ ਕਰ ਰਹੇ ਸੀਗੇ। ਸਰਦਾਰ ਜੀ ਹੋ ਗਏ ਸੀਗੇ ਪਾਣੀ ਲਗਾਉਣ ਵਾਲਾ ਹੋਇਆ ਹੋਇਆ, ਅਤੇ ਫਿਰ ਨਾ ਕੀੜੇ ਲੈ ਜਾਂਦੇ ਸਾਰਾ ਬਾਜਰਾ, ਅਤੇ ਮੈਂ ਥੋੜ੍ਹਾ ਜਿਹਾ ਪਾ ਤਾ ਉੱਧਰਲੀ ਸਾਈਡ, ਅਤੇ ਬਸ ਪਾਣੀ ਪਾ ਕੇ ਇਹਦੇ ਵਿੱਚ ਅਤੇ ਫਿਰ ਆਪਾਂ ਖਾਣੀ ਰੋਟੀ। ਹਾਂ ਖੁੱਲ੍ਹਾ ਹੈ, ਸਾਹਿਲ ਗਿਆ, ਹਰਮਨ ਅੰਦਰ ਹੈ, ਬਸ ਰੋਟੀ ਖਾਂਦੇ। ਹਰਮਨ ਨੇ ਕਿੱਥੇ ਜਾਣਾ, ਹਰਮਨ ਨੇ ਕਿੱਥੇ ਜਾਣਾ, ਛੁੱਟੀ ਹੈ ਹਰਮਨ ਤਾਂ। ਅਤੇ ਸਫਾਈ ਕਰਨ ਵਾਲੀ ਹੋਈ ਹੋਈ ਆਪਣੇ ਗਾਰਡਨ ਦੀ, ਕੁਛ ਮੈਂ ਬਿਮਾਰ ਹੋ ਗਈ ਸੀ, ਬੀ ਪੀ ਲੋਅ ਹੋ ਗਿਆ ਸੀ ਮੇਰਾ। ਅਤੇ ਇੱਧਰ ਦੇਖੋ ਬੈਂਗਣ ਲੱਗੇ ਹੋਏ, ਉੱਧਰ ਦੇਖੋ ਕਾਫੀ ਫਰੂਟਿੰਗ ਹੋਈ ਹੋਈ ਹੈ, ਅਤੇ ਹੋਰ ਵੀ ਲੱਗ ਰਹੇ ਨੇ। ਅਤੇ ਮੈਂ ਸਫਾਈ ਕਰਨੀ ਹੈ ਇਹਨਾਂ ਦੀ, ਅਤੇ ਦੇਖੋ ਕਿੰਨੇ ਵਧੀਆ ਲੱਗ ਰਹੇ ਨਾ। ਅਤੇ ਇੱਧਰ ਤੋਰੀਆਂ ਨੂੰ ਫੁੱਲ ਆ ਗਏ ਆ, ਅਤੇ ਫਿਰ ਲੱਗਣਗੀਆਂ ਤੋਰੀਆਂ, ਅਤੇ ਸਾਰੇ ਲੁਕੇ ਛਿਪੇ ਫਿਰਦੇ ਆ। ਬੇਲਾਂ ਬਹੁਤ ਜ਼ਿਆਦਾ ਫੈਲ ਰਹੀਆਂ, ਅਤੇ ਮੈਂ ਸੋਚਿਆ ਸੀ ਕਿ ਸਰਦਾਰ ਜੀ ਕਰਵਾ ਦੇਣਗੇ ਮੇਰੇ ਨਾਲ ਸੰਡੇ ਨੂੰ, ਪਰ ਉਹਨਾਂ ਨੂੰ ਕੰਮ ਪੈ ਗਿਆ ਸੀ। ਬਹੁਤ ਜ਼ਿਆਦਾ ਫੈਲ ਰਹੀਆਂ ਨੇ, ਇਹਨਾਂ ਨੂੰ ਸੈੱਟ ਕਰਨਾ ਪਊਗਾ। ਅਤੇ ਗੁਲਾਬ ਦੇ ਫੁੱਲ ਮੇਰੇ ਵੜ ਗਏ ਨੇ ਵਿਚਾਰੇ ਵਿੱਚ, ਅਤੇ ਬਾਕੀ ਇਹਦਾ ਚੱਲਦਾ ਹੀ ਰਹਿਣਾ ਵਾ। ਸਫਾਈਆਂ ਸਫਾਈਆਂ, ਕਾਫੀ ਜ਼ਿਆਦਾ ਘਾਹ ਹੋ ਗਿਆ, ਅਤੇ ਉੱਧਰ ਘੀਆ ਵਗੈਰਾ ਬਹੁਤ ਲੱਗੀ ਹੋਈ ਆ, ਅਤੇ ਇੱਧਰ ਮਿਰਚਾਂ ਦੇਖੋ ਲੱਗੀਆਂ ਹੋਈਆਂ। ਬੇਲਾਂ ਨਾ ਬਹੁਤ ਜ਼ਿਆਦਾ ਫੈਲਰ ਜਾਂਦੀਆਂ ਨੇ, ਬਹੁਤ ਜ਼ਿਆਦਾ ਫੈਲਰ ਜਾਂਦੀਆਂ ਨੇ। ਅਤੇ ਹਾਂ ਦੇਖੋ ਮੈਂ ਦਿਖਾਉਂਦੀ ਤੁਹਾਨੂੰ ਮਿਰਚਾਂ ਲੱਗੀਆਂ ਹੋਈਆਂ, ਦੇਖੋ ਇੰਨੀਆਂ ਬੜੀ ਬੜੀ ਮਿਰਚਾਂ ਲੱਗ ਰਹੀਆਂ ਮੇਰੇ ਪਲਾਂਟਸ ਨੂੰ। ਬਾਕੀ ਸਫਾਈ ਕਰਨ ਵਾਲੀ ਹੋਈ ਹੋਈ ਹੈ, ਮੈਂ ਔਰ ਮੇਰਾ ਹਰਮਨ ਕਰਾਂਗੇ ਸਫਾਈ। ਦੇਖੋ ਆਹ ਪਤਾ ਨਹੀਂ ਕੀ ਚੀਜ਼ ਹੈ, ਮੈਨੂੰ ਲੱਗਦਾ ਬਾਜਰਾ ਹੈ, ਇਹਦੇ ਵਿੱਚ ਬਾਜਰਾ ਗਿਰਿਆ ਸੀ ਨਾ, ਬਾਜਰਾ ਹੈ। ਅਤੇ ਇੱਧਰ ਤੂਤ ਬਹੁਤ ਸੋਹਣਾ ਹੋ ਗਿਆ ਵਾ,
ਦੇਖੋ ਲੋਕੀ, ਸਰਦਾਰ ਜੀ ਚਲੇ ਗਏ ਸੀਗੇ ਜੀ ਗੱਡੀ ਲੈ ਕੇ, ਅਤੇ ਬਾਜਰਾ ਮੈਂ ਸਵੇਰੇ ਪਾਇਆ ਹੋਇਆ ਸੀਗਾ ਪੰਛੀਆਂ ਨੂੰ, ਅਤੇ ਪਾਣੀ ਰਹਿ ਗਿਆ ਸੀਗਾ, ਅਤੇ ਹੁਣ ਮੈਂ ਕਿਹਾ ਚਲੋ ਹੁਣ ਪਾਣੀ ਪਾ ਦਾ ਅਤੇ ਫਿਰ ਰੋਟੀ ਖਾਵਾਂਗੇ। ਅੱਜ ਹੈਗੀ ਛੁੱਟੀ ਹਰਮਨ ਨੂੰ, ਅਤੇ ਪਾਣੀ ਪਾ ਕੇ ਫਿਰ ਮੈਂ ਰੋਟੀ ਖਾਵਾਂਗੀ। ਇੱਧਰ ਦੇਖੋ ਫੁੱਲ ਖਿੜੇ ਹੋਏ, ਗ੍ਰੀਨ ਅਤੇ ਪਿੰਕ ਦਾ ਕੋਂਬੀਨੇਸ਼ਨ ਕਿੰਨਾ ਸੋਹਣਾ ਲੱਗਦਾ ਹੈ ਨਾ। ਅਤੇ ਬਸ ਥੋੜ੍ਹਾ ਠੰਡਾ ਹੋ ਜਾਊਗਾ ਫਿਰ ਮੈਂ ਅਤੇ ਹਰਮਨ ਨੂੰ ਰਲ ਕੇ ਇਹਨੂੰ ਸਾਫ਼ ਕਰਾਂਗੇ ਘਰ ਨੂੰ। ਅਤੇ ਇੱਧਰ ਤੋਰੀਆਂ ਦੀ ਬੇਲ ਨੂੰ ਲੱਗ ਗਏ ਨੇ ਫੁੱਲ, ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਹੈ ਨਾ। ਕਲਰ ਕੋਂਬੀਨੇਸ਼ਨ ਦੇਖੋ ਕਿੰਨਾ ਸੋਹਣਾ ਵਾ, ਇੱਧਰ ਹੈਗਾ ਪਿੰਕ ਅਤੇ ਗ੍ਰੀਨ, ਅਤੇ ਉੱਧਰ ਹੈਗਾ ਵਾ ਯੈਲੋ ਅਤੇ ਗ੍ਰੀਨ, ਕਿੰਨੇ ਸੋਹਣੇ ਲੱਗ ਰਹੇ ਆ ਹੈ ਨਾ। ਅਤੇ ਇੱਧਰ ਲੱਗੇ ਹੋਏ ਨੇਗੇ ਬੈਂਗਣ, ਕਾਫੀ ਫਰੂਟਿੰਗ ਹੋ ਗਈ ਹੈ ਬੈਂਗਣਾਂ ਦੀ, ਅਤੇ ਅੱਜ ਆਪਾਂ ਹਾਰਵੈਸਟ ਕਰਾਂਗੇ ਇਹਨਾਂ ਨੂੰ, ਹਾਰਵੈਸਟ ਕਰਾਂਗੇ ਇਹਨਾਂ ਨੂੰ, ਤੋੜਾਂਗੇ ਇਹਨਾਂ ਨੂੰ। ਖੋਲੀ ਗੇਟ, ਖੋਲੀ ਅਤੇ ਇੱਥੇ ਆ ਕੇ ਪੰਛੀ ਪਾਣੀ ਪੀਂਦੇ ਰਹਿੰਦੇ ਨੇਗੇ। ਇੱਧਰ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ, ਇਹ ਦੁਪਹਿਰ ਖਿੜੀ ਹੈ ਚਿੱਟੇ ਕਲਰ ਦੀ ਔਰ ਪਿੰਕ ਕਲਰ ਦੀ, ਦੋ ਕਲਰ ਦੀ ਹੈ। ਅਤੇ ਪਾਣੀ ਲਗਾਉਣ ਵਾਲਾ ਹੋਇਆ ਹੋਇਆ ਮੇਰੇ ਪਲਾਂਟਸ ਨੂੰ, ਮੈਂ ਦੇਖਦੀ ਸੀ ਕਿ ਮੀਂਹ ਆਊਗਾ। ਲੱਟੂ ਕੀ ਹੈ ਲੰਘ ਰਹੇ ਨੇ, ਲੱਟੂ 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 ਲੱਟੂ, ਦੇਖੋ ਇੱਧਰ ਜਦੋਂ ਮਿਹਨਤ ਰੰਗ ਲਾਉਂਦੀ ਹੈ ਨਾ, ਬਹੁਤ ਬਹੁਤ ਮਜ਼ਾ ਆਉਂਦਾ। ਅਤੇ ਇਹਦੇ ਜਿਹੜੇ ਉੱਪਰ ਵਾਲੇ ਟੁੱਸੇ ਆ ਨਾ, ਇਹਨੂੰ ਇਸ ਤਰ੍ਹਾਂ ਤੋੜ ਦਿਆ ਕਰੋ, ਅਤੇ ਫਿਰ ਇਹ ਇੱਧਰ ਆ ਕੇ ਦੇਖ, ਇੱਧਰ ਆ ਕੇ ਦੇਖ, ਇਹ ਮੇਰੀ ਫਰੈਂਡ ਰਾਖੀ। ਸੁੰਦਰ ਲੱਗਿਆ ਨੀ, ਮੈਂ ਵੀ ਇਸਕੀ ਭਾਸ਼ਾ ਬੋਲਣੇ ਲੱਗੀ ਹੂੰ ਧੀਰੇ ਧੀਰੇ। ਕਿਸਕੇ ਅੰਦਰ ਦੇਖੋ, ਨਹੀਂ ਉਸਕੇ ਅੰਦਰ ਨਹੀਂ ਮੈਂ ਦੇਖੂੰਗੀ, ਘਾਸ ਦੇਖੋ ਕਿੰਨਾ ਬੜਾ ਬੜਾ ਹੈ। ਬਾਅਦ ਮੇਂ ਜਬ ਹਰਮਨ ਔਰ ਮੈਂ ਸਫਾਈ ਕਰੇਂਗੇ ਨਾ, ਤੋ ਫਿਰ ਦੇਖੇਂਗੇ। ਤੁਮਨੇ ਇਸਕੋ ਵੀ ਛੋਟਾ, ਇਸਕੋ ਵੀ ਛੋਟਾ ਕਰਨਾ ਹੈ, ਇਹ ਨਾ ਜ਼ਿਆਦਾ ਫੈਲਰ ਗਿਆ। ਤੁਮਨੇ ਸੀ ਗਲਤ ਕਰੀ ਹੈ, ਬੇਲ ਬਦਵਾਈ ਬਾੜ ਦੀ। ਕੈਸੇ ਗਾੜ ਦੀ? ਦਵਾਈ ਮਾੜ ਦੀ ਤੇਲ ਹੋ ਗਈ। ਅਰੇ ਨਹੀਂ ਇਧਰ ਨਹੀਂ ਮਾਰੀ ਦਵਾਈ, ਇਹ ਸੁੱਕ ਗਈ ਦੇਖੋ। ਇਹ ਤੋ ਐਸੇ ਹੀ ਸੁੱਕ ਗਿਆ ਆਤੀ ਹੈ, ਇਧਰ ਨਹੀਂ ਮਾਰੀ ਦਵਾਈ ਮੈਨੇ ਸਰਦਾਰ ਜੀ। ਮੈਂ ਤਭੀ ਤੋ ਮੈਂ ਸਾਥ ਹੀ ਸਰਦਾਰ ਜੀ ਕੇ ਕਿ ਯਹਾਂ ਪਰ ਨਹੀਂ ਲਗਾਨੀ ਹੈ। ਉਹ ਦੇਖੋ ਵੋ ਨਾ ਕਪਾਸ ਬੋਲਤੇ ਹੈ ਨਾ, ਜਿਸਕੋ ਰੂਈ ਬੋਲਤੇ ਹੈ, ਉਸਕਾ ਹੈ ਪੌਦਾ, ਦੇਖੋ ਕਿਤਨਾ ਬੜਾ ਹੋ ਗਿਆ, ਉਸ ਪਰ ਰੂਈ ਲਗੇਗੀ। ਹਾਂ ਹਾਂ ਕਰੇਂਗੇ, ਇਤਨੀ ਧੂਪ ਮੈਂ ਕੌਣ ਕਰੇਗਾ। ਦੇਖੋ ਤਿੱਤਲੀ, ਵਾਹ ਦੇਖੋ ਕਿਤਨੀ ਸੁੰਦਰ ਲੱਗ ਰਹੀ ਹੈ ਤਿੱਤਲੀ, ਹੈ ਨਾ ਰਾਖੀ, ਕਿਤਨੀ ਪਿਆਰੀ ਲੱਗ ਰਹੀ ਹੈ। ਜੇ ਫੁੱਲ ਉੱਪਰ ਬੈਠਦੀ ਹੈ ਨਾ ਇੱਧਰ, ਇਸ ਲਈ ਤਾਂ ਮੁਝੇ ਅੱਛਾ ਲੱਗਤਾ ਹੈ ਜੇ ਨਜ਼ਾਰੇ ਮਿਲਤੇ ਹੈ ਨਾ ਦੇਖਣੇ ਕੋ, ਇਸ ਲਈ ਮੇਰੇ ਕੋ ਅੱਛਾ ਲੱਗਤਾ ਹੈ ਜੇ ਪੇੜ ਪੌਦੇ। ਦੇਖੋ ਕਿਤਨਾ ਪਿਆਰਾ, ਕਿਤਨੀ ਪਿਆਰੀ ਲੱਗ ਰਹੀ ਹੈ, ਕਿਤਨੀ ਪਿਆਰੀ ਲੱਗ ਰਹੀ ਹੈ। ਚਲੋ ਆਪ ਚਲੋ ਮੈਂ ਆਤੀ ਹੂੰ।
ਕਲਰ ਕਿੰਨੇ ਪਿਆਰੇ ਨੇ ਇਹਦੇ, ਕਲਰ ਦੇਖੋ ਤੁਸੀਂ। ਕੁਦਰਤ ਨਾ ਬਹੁਤ ਉਹ ਹੈਗੀ ਆ ਅਜੂਬੇ। ਅਤੇ ਖਾਂਦੇ ਖਾਂਦੇ ਨਾ ਨਾਲੇ ਇੱਧਰ ਉੱਧਰ ਦੇਖ ਰਹੀ ਸੀ, ਬਹੁਤ ਪਿਆਰੀ ਲੱਗਦੀ ਹੈ ਇਹ ਖਾਂਦੀ ਹੋਈ ਇਹ, ਅਤੇ ਭੱਜਦੀ ਵੀ ਬਹੁਤ ਤੇਜ਼ ਹੈ। ਅਤੇ ਇੱਥੇ ਬਸ ਪਾਣੀ ਪੀਊਗੀ ਅਤੇ ਖਾਣਾ ਖਾਊਗੀ, ਖਾਣਾ ਖਾ ਕੇ ਫਿਰ ਇਹ ਕਦੇ ਦਰੱਖਤ 'ਤੇ ਚਲੀ ਜਾਂਦੀ ਹੈ, ਕਦੇ ਇੱਧਰ ਉੱਧਰ ਭੱਜ ਜਾਂਦੀ ਆ। ਅਤੇ ਇੱਥੇ ਗਿਰੀ ਸੀ ਕਿ ਜਾਮਣ, ਅਤੇ ਜਾਮਣ ਦਾ ਖੜਕਾ ਇੰਨਾ ਜ਼ਿਆਦਾ ਹੁੰਦਾ ਜਿਵੇਂ ਗੋਲੀ ਚੱਲਦੀ ਹੁੰਦੀ ਹੈ। ਅਤੇ ਹੁਣ ਆ ਗਿਆ ਸੀ ਉਹਦਾ ਬੱਚਾ, ਬੱਚਾ ਕੌਲੀ ਵਿੱਚ ਬੈਠ ਕੇ ਖਾ ਰਿਹਾ ਸੀਗਾ ਕਿਉਂਕਿ ਉਹ ਛੋਟਾ ਜ਼ਿਆਦਾ, ਉਹਦਾ ਮੂੰਹ ਨਹੀਂ ਪੈ ਰਿਹਾ ਸੀਗਾ ਕੌਲੀ 'ਚ। ਅਤੇ ਫਿਰ ਉਹਨੇ ਕੀ ਕੀਤਾ ਕਿ ਵਿੱਚ ਹੀ ਬੈਠ ਗਿਆ, ਵਿੱਚ ਬੈਠ ਕੇ ਖਾਣ ਲੱਗ ਗਿਆ, ਬਾਜਰਾ ਵਗੈਰਾ ਜੋ ਵੀ ਪਾਇਆ ਹੁੰਦਾ ਮੈਂ ਪੰਛੀਆਂ ਨੂੰ। ਅਤੇ ਇੱਥੇ ਆਉਂਦੀਆਂ ਨੇਗੀਆਂ ਦੋ ਘਟਾਰਾ ਆਉਂਦੀਆਂ ਨੇਗੀਆਂ, ਦੋਨੋਂ ਜਣੇ ਆ ਕੇ ਖਾਂਦੇ ਨੇਗੇ ਬੈਠ ਕੇ। ਇੱਥੇ ਖਾਂਦੇ ਤਾਂ ਸਾਰੇ ਪਾਸੇ ਆ ਪਰ ਇੱਥੇ ਜ਼ਿਆਦਾ ਖਾਂਦੇ। ਅਤੇ ਦੇਖੋ ਹੁਣ ਇਹਨਾਂ ਨੇ ਰੋਣਾ ਪਾਇਆ ਹੋਇਆ ਸੀ, ਅਤੇ ਵੀ ਕੌਲੀ ਟੇਢੀ ਹੋ ਗਈ ਇਹਨਾਂ ਦਾ, ਤੇ ਟ੍ਰੈਂ ਟ੍ਰੈਂ ਕਰਨ ਲੱਗਿਆ ਪਈਆਂ ਸੀ। ਤੇ ਮੈਂ ਬਾਹਰ ਆ ਕੇ ਦੇਖਿਆ ਕੌਲੀ ਟੇਢੀ ਕੀ ਹੋਇਆ, ਤੇ ਕੌਲੀ ਟੇਢੀ ਹੋਈ ਸੀ। ਉਹ ਕਹਿ ਰਹੀ ਸੀ ਕਿ ਉਹ ਸਿੱਧੀ ਕਰ ਦਿਓ, ਕਹਿਣ ਦਾ ਮਤਲਬ ਉਹਦਾ ਇਹ ਸੀ ਵੀ ਡੁੱਲ ਗਿਆ ਉਹ, ਦੱਸ ਰਹੀ ਸੀ ਮੈਨੂੰ। ਫਿਰ ਮੈਂ ਕੋਲੇ ਆ ਗਈ ਉਹਦੇ, ਸਿੱਧੀ ਕਰਾ ਇਹਨੂੰ, ਲੈ ਸਿੱਧੀ ਕਰਦੀ ਆ ਮੈਂ ਆਦੇ ਆਦੇ ਕੱਟ ਦਾ ਨਾ ਬੱਚਾ ਡੋਲ ਗਿਆ ਇਹਨਾਂ ਦਾ ਖਾਣਾ। ਅਤੇ ਜੇ ਇੱਦਾਂ ਰੱਖਦੇ ਹਾਂ ਤਾਂ ਫਿਰ ਕੀੜੇ ਜੜੇ ਆਉਂਦੇ ਆ। ਹੋ ਗਈ ਉੱਧਰ ਦੋਨੇ ਜਣੀਆਂ, ਆਵਾਜ਼ਾਂ ਮਾਰਨ ਲੱਗੀਆਂ ਹੋਈਆਂ ਸੀ। ਮੈਂ ਕਿਹਾ ਪਤਾ ਨਹੀਂ ਕੀ ਕਹਿੰਦੀਆਂ ਨੇ, ਉਹ ਖਾਂਦੀਆਂ ਨੇ ਚੀਕੂ, ਚੀਕੂ ਗਿਰਿਆ ਹੋਇਆ, ਚੀਕੂ ਖਾਂਦੀਆਂ ਨੇ। ਅਤੇ ਇੱਧਰ ਦੇਖ ਲਓ ਮੇਰੀ ਬੱਸ ਹੋਈ ਪਈ ਜਾਮਣਾ, ਹਾਲੇ ਮੈਂ ਸਵੇਰੇ ਮੇਰੇ ਦਿਓਰ ਲੈ ਕੇ ਗਿਆ, ਇਕੱਠੀਆਂ ਕਰੀਆਂ ਨੇ ਮੈਂ, ਅਤੇ ਇੱਕ ਦਿੱਤੀਆਂ ਨੇ ਲਿਫਾਫੇ ਭਰ ਭਰ ਕੇ। ਅਤੇ ਆ ਦੇਖ ਲਓ ਝਾੜੂ ਲਗਾਇਆ ਸੀ, ਕੋਈ ਕਹਿ ਦੂ ਕਿ ਝਾੜੂ ਲਗਾਇਆ ਸੀ ਮੈਂ। ਅਤੇ ਦੁਬਾਰਾ ਫਿਰ ਇਹ ਦੇਖੋ ਵੀਡੀਓ ਨਹੀਂ ਬਣਾਉਣ ਦਿੰਦੀ ਆ, ਆਹ ਲੁਕ ਗਈ ਪੱਤਿਆਂ ਦੇ ਵਿੱਚ, ਦੇਖੀ ਦੇਖੀ ਕਿੱਥੇ ਤੱਕ ਚੜ ਗਈ ਉਹ, ਉੱਧਰ ਰਹਿ ਗਈ ਤਾਰ ਦੇ ਉੱਪਰ। ਵੀਡੀਓ ਨਹੀਂ ਬਣਾਉਣ ਦਿੰਦੀ ਹੈ ਮੈਨੂੰ, ਇਹ ਬੋਲਦੀ ਹੈ। ਉਹ ਤਾਂ ਉਹ ਗਈ ਸੀ ਘਰ ਦੇ ਉੱਪਰ ਬਹਿ ਗਈ ਜਾ ਕੇ, ਬੁਲਬੁਲ ਵੀ ਬੈਠੀ ਉੱਪਰ, ਬੱਚਾ ਬੁਲਬੁਲ ਦਾ, ਹੁਣ ਤਾਂ ਆ ਗਿਆ ਇਹਨੂੰ ਉੱਡਣਾ। ਆ ਦੇਖੋ ਦੋਨੇ ਜਣੀਆਂ ਲੁਕ ਗਈਆਂ ਜਾ ਕੇ ਉੱਪਰ, ਆਵਾਜ਼ ਸੁਣਦੀ ਹੋਊਗੀ ਤੁਹਾਨੂੰ ਇਹਨਾਂ ਦੀ, ਦੇਖ ਆਵਾਜ਼ ਸੁਣਦੀ ਹੋਊਗੀ। ਲਓ ਜੀ ਆਪਾਂ ਝਾੜੂ ਲਗਾ ਲਿਆ ਸੀਗਾ ਸਾਰੇ ਕਿਤੇ, ਝਾੜੂ ਲਗਾ ਕੇ ਕਰ ਲਈ ਸੀਗੀ ਸਫਾਈ। ਅਤੇ ਇੱਧਰ ਮੈਂ ਕੱਟਣ ਲੱਗੀ ਸੀਗੀ ਪਿਆਜ਼ ਕਿਉਂਕਿ ਸਬਜ਼ੀ ਬਣਾਉਣੀ ਹੈ, ਅਤੇ ਸਵੇਰੇ ਫਿਰ ਸਰਦਾਰ ਜੀ ਲੈ ਕੇ ਜਾਂਦੇ ਨੇਗੇ ਨਾਲ, ਤਾਂ ਕਰਕੇ ਸਵੇਰੇ ਬਣਾਉਂਦੀ ਹਾਂ ਮੈਂ। ਅਤੇ ਗਰਮੀ ਹੈ ਫਿਰ ਖਰਾਬ ਹੋ ਜਾਂਦੀ ਰਾਤ ਦੀ ਬਣਾਈ ਹੋਈ, ਇਸ ਕਰਕੇ ਦੇਖੋ ਸਾਰਾ ਵਿਹੜਾ ਵਗੈਰਾ ਮੈਂ ਸਾਫ਼ ਕਰਤਾ। ਇਹ ਹੈ ਜੀ ਅਮਰੂਦ ਦਾ ਪੇੜ, ਅਤੇ ਇਹਦੇ ਉੱਪਰ ਬਰਡ ਨਵਾਂ ਘਰ ਬਣਾਉਣ ਲੱਗੇ ਹੋਏ ਨੇਗੇ, ਬਹੁਤ ਛੋਟੇ ਛੋਟੇ ਨੇਗੇ, ਅਤੇ ਘਰ ਬਣਾਉਣ ਲੱਗੇ। ਅਤੇ ਮੈਂ ਇੱਥੇ ਬੈਠ ਕੇ ਆਪਣਾ ਸਵੇਰੇ ਚਾਹ ਪੀਂਦੀ ਹਾਂ, ਔਰ ਆਪਣਾ ਜਿਹੜਾ ਨਾਸ਼ਤਾ ਸਵੇਰੇ ਬਣਾਉਣਾ ਹੁੰਦਾ ਉਹਦੀ, ਇੱਥੇ ਪਿਆਜ਼ ਵਗੈਰਾ ਕੱਟਦੀ ਜੋ ਰੋਟੀ ਸਬਜ਼ੀ ਬਣਾਉਣੀ ਹੁੰਦੀ ਆ, ਅਤੇ ਸਬਜ਼ੀ ਵਾਸਤੇ ਇੱਥੋਂ ਕੱਟ ਕੇ ਲੈ ਜਾਂਦੀ ਹੁੰਦੀ ਨਾਲੇ ਆਲੇ ਦੁਆਲੇ ਦੇਖਣ ਨੂੰ।
ਔਰ ਹਵਾ ਫਰੈਸ਼ ਹਵਾ ਮਿਲ ਜਾਂਦੀ ਆ ਅਤੇ ਇੱਥੇ ਮੈਨੂੰ ਮਿਲਿਆ ਗਿਰਿਆ ਹੋਇਆ ਚੀਕੂ ਚੀਕੂ ਪੱਕ ਕੇ ਨੀਚੇ ਗਿਰ ਜਾਂਦੇ ਨੇਗੇ ਇਸ ਤਰ੍ਹਾਂ ਦੇਖੋ ਚੀਕੂ ਅਤੇ ਇਹਨੂੰ ਮੈਂ ਰੱਖ ਲੂੰਗੀ ਜਿਹਨੇ ਖਾਣਾ ਉਹ ਖਾ ਲੂਗਾ ਨਹੀਂ ਤਾਂ ਬੱਚੇ ਆਉਂਦੇ ਨੇ ਮੈਂ ਉਹਨਾਂ ਨੂੰ ਦੇ ਦੂੰਗੀ ਅਤੇ ਠੰਡੇ ਹੋਏ ਬਹੁਤ ਵਧੀਆ ਲੱਗਦੇ ਨੇਗੇ ਅਤੇ ਦੇਖੋ ਚੀਕੂ ਦੇ ਜਿਹੜੇ ਫੁੱਲ ਹੁੰਦੇ ਨੇ ਨਾ ਫੁੱਲ ਤੋਂ ਬਾਅਦ ਫਲਾਵਰਿੰਗ ਫਰੂਟਿੰਗ ਹੁੰਦੀ ਆ ਅਤੇ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਇਹਦੇ ਫੁੱਲ ਇਸ ਤਰ੍ਹਾਂ ਦੇ ਹੁੰਦੇ ਨੇਗੇ ਲਾਈਟ ਯੈਲੋ ਜਿਹੇ ਕਲਰ ਦੇ ਹੁੰਦੇ ਨੇਗੇ ਅਤੇ ਸੁੱਕਣ ਤੋਂ ਬਾਅਦ ਇਹ ਚੀਕੂ ਦੀ ਤਰ੍ਹਾਂ ਹੀ ਬਣ ਜਾਂਦੇ ਨੇਗੇ ਅਤੇ ਉਸ ਤੋਂ ਬਾਅਦ ਫਿਰ ਚੀਕੂ ਆਉਂਦਾ ਇਹਦੇ ਉੱਪਰ ਛੋਟੇ ਛੋਟੇ ਲੱਗਦੇ ਆ ਫਰੂਟਿੰਗ ਹੁੰਦੀ ਆ ਫਿਰ। ਹਾਂਜੀ ਆਪਣਾ ਦੁੱਧ ਹੋ ਗਿਆ ਸੀਗਾ ਖਰਾਬ ਅਤੇ ਮੈਂ ਫਿਰ ਕੀ ਕੀਤਾ ਉਹਦੇ ਵਿੱਚ ਨਾ ਇੱਕ ਨਿੰਬੂ ਨਿਚੋੜਤਾ ਅਤੇ ਛਿਲਕੇ ਜਿਹੜੇ ਵਿੱਚ ਹੀ ਰੱਖਤੇ ਇਹਦੇ ਅਤੇ ਉਹ ਹੁਣ ਇਹਦਾ ਜਿਹੜਾ ਆਪਾਂ ਪਾਣੀ ਹੈ ਇਹ ਨਾ ਇਸ ਛਾਲਨੀ ਵਿੱਚੋਂ ਛੱਡ ਲਾਂਗੇ ਅਤੇ ਪਨੀਰ ਅਲੱਗ ਹੋ ਜੂਗਾ ਦੁੱਧ ਜਿਹੜਾ ਪਨੀਰ ਬਣ ਜੂਗਾ ਨਾ ਫਿਰ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਸਬਜ਼ੀ ਬਣਾ ਲਾਂਗੇ। ਹਾਂਜੀ ਅਤੇ ਛਾਲਨੀ ਵਿੱਚੋਂ ਦੇਖੋ ਮੈਂ ਜਿਹੜਾ ਦੁੱਧ ਵਾਲਾ ਇਹ ਪਾਣੀ ਹੈ ਨਾ ਅਤੇ ਪਨੀਰ ਉੱਪਰ ਰਹਿ ਗਿਆ ਔਰ ਪਾਣੀ ਜਿਹੜਾ ਨੀਚੇ ਚਲਿਆ ਗਿਆ ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਪਾਣੀ ਦੇ ਨਾਲ। ਵਾਸ਼ ਕਰਨ ਤੋਂ ਬਾਅਦ ਇਹ ਸਾਰਾ ਪਾਣੀ ਜਿਹੜਾ ਇਸ ਤਰ੍ਹਾਂ ਦਬਾ ਦਬਾ ਕੇ ਕੱਢ ਲਿਆ ਅਤੇ ਹੁਣ ਇੱਕ ਡੱਬੇ ਦੇ ਵਿੱਚ ਪਾ ਕੇ ਮੈਂ ਰੱਖ ਦੂੰਗੀ ਅਤੇ ਆਪਣੀ ਕਟਿੰਗ ਪਿਆਜ਼ ਵੀ ਕੱਟ ਵਗੈਰਾ ਕਰਕੇ ਰੱਖ ਲੈਂਦੀ ਹੁੰਦੀ ਹਾਂ ਅਤੇ ਜਦੋਂ ਰੋਟੀ ਬਣਾਉਣੀ ਤਾਂ ਇੱਕ ਸਾਈਡ 'ਤੇ ਤੜਕਾ ਲਗਾ ਲੈਂਦੀ ਹੁੰਦੀ ਗੈਸ 'ਤੇ ਅਤੇ ਇਸ ਤਰ੍ਹਾਂ ਜਲਦੀ ਮੇਰੀ ਸਵੇਰੇ ਸਬਜ਼ੀ ਬਣ ਜਾਂਦੀ ਆ ਅਤੇ ਨਾਲੇ ਟਿਫਨ 'ਚ ਲੈ ਜਾਣਗੇ ਅਤੇ ਨਾਲੇ ਦੁਪਹਿਰ ਨੂੰ ਬੇਟਾ ਜਾਂਦਾ ਕੰਮ 'ਤੇ ਅਤੇ ਫਿਰ ਉਹ ਖਾ ਚੁੱਕਾ। ਅਤੇ ਲਓ ਜੀ ਆਪਾਂ ਇਹ ਕੱਢਤਾ ਸੀਗਾ ਪਨੀਰ ਅਤੇ ਹੁਣ ਇਹਨੂੰ ਰੱਖ ਦਾਂਗੇ ਫ੍ਰੀਜ਼ਰ ਦੇ ਵਿੱਚ ਅਤੇ ਫਰਿੱਜ ਦੇ ਵਿੱਚ ਰੱਖ ਦਾਂਗੇ ਇਹਨੂੰ ਅਤੇ ਬਾਕੀ ਕੰਮ ਕਰਦੇ ਹਾਂ। ਲਓ ਜੀ ਮੈਂ ਰੱਖਤਾ ਫਰਿੱਜ ਦੇ ਵਿੱਚ। ਜੁਗ ਜੁਗ ਵਸੇ ਤਰਿੰਜਣ ਤੇਰਾ ਜਿੱਥੇ ਚਰਖਾ ਡਾਂਦੀ ਸਾਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਪਿਪਲੀ ਪੀਂਗਾਂ ਪਾਉਂਦੀ ਸਾਂ। ਜੁਗ ਜੁਗ ਵਸੇ ਤਰਿੰਜਣ ਤੇਰਾ ਜਿੱਥੇ ਚਰਖਾ ਡਾਂਦੀ ਸਾਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਪਿਪਲੀ ਪੀਂਗਾਂ ਪਾਉਂਦੀ ਸਾਂ। ਉਹੀ ਕਾਰੋ ਉਹੀ ਵੇੜਾ ਯਾਦਾਂ ਪੱਲੇ ਰਹਿ ਗਈਆਂ ਹਾਏ ਬਾਬਲ ਮੇਰੀਆਂ ਹਾਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਲਿਖੀਆਂ ਨਸੀਬਾਂ ਦੀਆਂ ਚੋੜੀ ਦੇ ਵਿੱਚ ਪੈ ਗਈਆਂ ਹਾਏ ਬਾਬਲ ਮੇਰੀਆਂ ਹਾਂ। ਹਾਂਜੀ ਇੱਥੇ ਆ ਗਏ ਸੀਗੇ ਬੱਚੇ ਇਹਨਾਂ ਨੇ ਖੇਡਣਾ ਸੀ ਅਤੇ ਇਸ ਕਰਕੇ ਜਾਮਣਾ ਚੁਗਣ ਲੱਗੇ ਹੋਏ ਸੀਗੇ ਫਿਰ ਮਿੱਧੀਆਂ ਜਾਂਦੀਆਂ ਨੇਗੀਆਂ ਪੈਰਾਂ ਨੀਚੇ ਆਉਂਦੀਆਂ ਨੇ ਅਤੇ ਮੈਂ ਇਹਨਾਂ ਨੂੰ ਕਿਹਾ ਪਹਿਲੇ ਜਾਮਣਾ ਸਾਫ਼ ਕਰ ਦਿਉ ਫਿਰ ਖੇਡ ਲਿਓ। ਅਤੇ ਬਰਡ ਇੱਥੇ ਆਲਣਾ ਪਾਉਣ ਲੱਗੇ ਹੋਏ ਸੀਗੇ ਬਹੁਤ ਪਿਆਰੇ ਨੇ ਛੋਟੇ ਛੋਟੇ ਇੱਥੇ ਆਲੇ ਦਾ ਬੋਲ ਚਲੇ।
ਹਾਂਜੀ, ਤੇ ਇੱਥੇ ਡੈਡੀ ਹੁਣੇ ਆਏ ਹੋਏ ਸੀਗੇ, ਉਧਰੋਂ ਮੇਰੇ ਦਿਓਰ ਹੁਣੇ ਤੇ ਸਹੁਰਾ ਸਾਹਿਬ ਆਏ ਹੋਏ ਸੀਗੇ, ਤੇ ਸਰਦਾਰ ਜੀ ਨੇ ਸਰਪ੍ਰਾਈਜ਼ ਦਿੱਤਾ ਤੇ ਲੈ ਕੇ ਆਏ ਵਾਸ਼ਿੰਗ ਮਸ਼ੀਨ, ਤੇ ਕਿਉਂਕਿ ਮੈਨੂੰ ਬਹੁਤ ਔਖਾ ਹੁੰਦਾ ਸੀ, ਕਈ ਵਾਰੀ ਤਾਂ 12-12 ਵੀ ਵੱਜ ਜਾਂਦੇ ਸੀ ਰਾਤ ਦੇ, ਮੈਨੂੰ ਕੱਪੜੇ ਧੋਂਦੀ ਨੂੰ ਇੰਨੇ ਜ਼ਿਆਦਾ ਕੱਪੜੇ ਇਕੱਠੇ ਹੋ ਜਾਂਦੇ ਸੀਗੇ, ਮੌਸਮ ਕਈ ਵਾਰੀ ਖਰਾਬ ਹੁੰਦਾ ਸੀ, ਕਈ ਵਾਰੀ ਸਿਹਤ ਨਹੀਂ ਠੀਕ ਹੁੰਦੀ ਸੀ ਤਾਂ ਕੱਪੜੇ ਇਕੱਠੇ ਹੋ ਜਾਂਦੇ ਸੀਗੇ, ਕਿਉਂਕਿ ਬਰਾਬਰ ਦੇ ਹੈਗੇ ਚਾਰੋਂ, ਤੇ ਕੱਪੜੇ ਬਹੁਤ ਇਕੱਠੇ ਹੋ ਜਾਂਦੇ ਸੀਗੇ ਧੋਂਦੀ ਨੂੰ, ਤੇ ਇਹਨਾਂ ਲਗਾਇਆ ਤਰਸ ਤੇ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਮੈਨੂੰ, ਬੱਚਿਆਂ ਨੂੰ ਵੀ ਪਤਾ ਸੀ ਤੇ ਸਰਦਾਰ ਜੀ ਨੂੰ ਵੀ ਪਤਾ ਸੀ, ਤੇ ਬੱਚਿਆਂ ਨੂੰ ਦੱਸਦਾ ਸੀ ਪਰ ਮੈਨੂੰ ਬੱਚਿਆਂ ਨੇ ਬਿਲਕੁਲ ਵੀ ਨਹੀਂ ਪਤਾ ਲੱਗਣ ਦਿੱਤਾ ਕਿ ਡੈਡੀ ਮਸ਼ੀਨ ਲੈ ਕੇ ਆ ਰਹੇ ਨੇ, ਤੇ ਇੱਥੇ ਖੋਲ ਰਹੇ ਸੀਗੇ, ਮੈਨੂੰ ਦੱਸਿਆ ਸਰਪ੍ਰਾਈਜ਼ ਗਿਫਟ ਮੇਰਾ ਕਿੱਦਾਂ ਦਾ ਲੱਗਿਆ ਤੁਹਾਨੂੰ, ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਤੇ ਆਉਂਦੇ ਰਵਾਂਗੇ ਐਸੇ ਤਰ੍ਹਾਂ ਹੀ ਆਪਾਂ ਹੋਰ ਵੀਡੀਓ ਲੈ ਕੇ ਇੱਦਾਂ ਦੀ ਵਲੌਗ ਲੈ ਕੇ, ਤੇ ਇੱਥੇ ਡੈਡੀ ਤੇ ਹਸਬੈਂਡ ਮੇਰੇ ਤੇ ਛੋਟਾ ਬੇਟਾ ਖੋਲ੍ਹ ਰਹੇ ਸੀਗੇ ਮਸ਼ੀਨ, ਦੇਖ ਰਹੇ ਚੈੱਕ ਕਰ ਰਹੇ ਸੀਗੇ, ਤੇ ਕੋਲ ਖੜ੍ਹੇ ਸੀਗੇ, ਮੇਰੀ ਦਰਾਣੀ ਖੜ੍ਹੀ ਸੀਗੀ ਕੋਲੇ, ਤੇ ਕਲਰ ਵੀ ਸੋਹਣਾ ਲੈ ਕੇ ਆਉਂਦਾ, ਆਪਣੇ ਆਪ ਹੀ ਪਸੰਦ ਕਰਕੇ ਲਿਆਏ, ਤੇ ਦਰਾਣੀ ਮੇਰੀ ਵਧਾਈਆਂ ਦੇ ਰਹੀ ਸੀਗੀ ਕਿ ਮਸ਼ੀਨ ਦੀਆਂ, ਤੇ ਕਹਿੰਦੇ ਚਲੋ ਵਧੀਆ ਦੀਦੀ ਚੀਜ਼ ਬਣ ਗਈ ਤੁਹਾਡੀ, ਸੌਖਾ ਹੋ ਜਾਊਗਾ ਹੁਣ ਕੰਮ ਕਰਨ ਥੋੜ੍ਹਾ ਜਿਹਾ, ਮੈਨੂੰ ਵੀ ਟਾਈਮ ਮਿਲ ਜਾਇਆ ਕਰੂਗਾ ਹੁਣ ਤੇ ਹੋਰ ਕੰਮ ਕਰਨ ਦਾ, ਤੇ ਚਲੋ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ, ਮਿਲਦੇ ਹਾਂ ਇੱਕ ਹੋਰ ਵਲੌਗ ਦੇ ਵਿੱਚ, ਤਦ ਤੱਕ ਲਈ ਖੁਸ਼ ਰਹੋ, ਮੁਸਕਰਾਉਂਦੇ ਰਹੋ, ਆਪਣਾ ਅਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ, ਓਕੇ ਜੀ।